ਇੱਕ ਘਰ ਦੇ ਵਿੱਚ ਵੜ ਕੇ ਪਰਿਵਾਰ ਤੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਦੱਸ ਦਈਏ ਕਿ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਪਹਿਲਾਂ ਤਾਂ ਉਸ ਘਰ ਦੀ ਕੰਧ ਟੱਪੀ ਜਾਂਦੀ ਹੈ। ਕੰਧ ਟੱਪ ਕੇ ਪਰਿਵਾਰ ਦੇ ਵਿੱਚ ਸ਼ਾਮਿਲ ਔਰਤਾਂ ਤੱਕ ਨੂੰ ਨਹੀਂ ਬਖਸ਼ਿਆ ਜਾਂਦਾ। ਔਰਤਾਂ ਤੇ ਵੀ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ, ਜਿਸ ਦੇ ਕਾਰਨ ਔਰਤਾਂ ਸਮੇਤ ਪਰਿਵਾਰ ਦੇ 6 ਜੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਖਬਰ ਦਿੜਬਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ 3 ਵਿਅਕਤੀਆਂ ਦੇ ਵੱਲੋਂ ਪਰਿਵਾਰ ਦੇ ਕੰਧ ਟੱਪ ਕੇ ਹਮਲਾ ਕੀਤਾ ਗਿਆ, ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਨੇ, ਜਿਸ ਦੇ ਕਾਰਨ ਪਰਿਵਾਰ ਦੇ 7 ਦੇ ਕਰੀਬ ਲੋਕ ਜ਼ਖਮੀ ਹੋਏ ਨੇ। ਉੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ। ਕਈ ਦਿਨਾਂ ਤੋਂ ਉਹ ਹਸਪਤਾਲ ਦੇ ਵਿੱਚ ਉਹ ਦਾਖਲ ਹੋਏ ਪਏ ਨੇ, ਪਰ ਹਾਲੇ ਤੱਕ ਕੋਈ ਵੀ ਪੁਲਿਸ ਦਾ ਮੁਲਾਜ਼ਮ ਉਹਨਾਂ ਦੇ ਬਿਆਨ ਲੈਣ ਨਹੀਂ ਆਇਆ। ਤਾਂ ਖਬਰ ਦਿੜਬਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਰਿਵਾਰ ਦੇ ਉੱਤੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ, ਔਰਤਾਂ ਤੱਕ ਨੂੰ ਨਹੀਂ ਬਖਸ਼ਿਆ ਗਿਆ, ਸਿਰ ਤੱਕ ਉਹਨਾਂ ਦੇ ਔਰਤਾਂ ਦੇ ਖੋਲ ਦਿੱਤੇ ਗਏ ਨੇ, ਜਿਸ ਤੋਂ ਬਾਅਦ ਹਾਲੇ ਵੀ ਪੁਲਿਸ ਕਾਰਵਾਈ ਕਰਨ ਦੇ ਲਈ ਨਹੀਂ ਪਹੁੰਚੀ ਹੈ। ਤਾਂ ਦਿੜਬਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪਿੰਡ ਦੇ ਵਿੱਚ ਵੜ ਕੇ ਇਹ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ। ਰਾਤ ਦੇ ਸਮੇਂ ਦੱਸਿਆ ਜਾ ਰਿਹਾ ਕਿ ਪਰਿਵਾਰ ਜਦੋਂ ਇਕੱਠੇ ਬੈਠ ਕੇ ਖਾਣਾ ਖਾ ਰਿਹਾ ਸੀ ਤਾਂ ਉਸ ਸਮੇਂ 3 ਵਿਅਕਤੀ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਆਉਂਦੇ ਸਾਰ ਹੀ ਬਿਨਾਂ ਕਿਸੇ ਗਲਤੀ ਤੋਂ ਬਿਨਾਂ ਕਿਸੇ ਗੱਲ ਤੋਂ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ। ਫਿਲਹਾਲ ਹੁਣ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ। ਪਰਿਵਾਰ ਦਾ ਕਹਿਣਾ ਕਿ ਪੁਲਿਸ ਮੁਲਾਜ਼ਮ ਵੀ ਕਾਰਵਾਈ ਕਰਨ ਦੇ ਲਈ ਮੌਕੇ ਤੇ ਨਹੀਂ ਪਹੁੰਚ ਰਹੇ, ਹਾਲੇ ਤੱਕ ਉਹਨਾਂ ਦੇ ਬਿਆਨ ਤੱਕ ਨਹੀਂ ਲਏ ਗਏ ਨੇ। ਰਸ਼ਦੀਪ ਕੌਰ ਜੀ, ਰੋਟੀ ਬਣਾ ਰਹੇ ਸੀ ਤੇ ਮੰਮੀ ਡੈਡੀ ਰੋਟੀ ਖਾ ਰਹੇ ਸੀ ਤੇ ਸਾਨੂੰ ਕੁਛ ਵੀ ਨਹੀਂ ਪਤਾ ਸੀ ਲੜਾਈ ਝਗੜੇ ਬਾਰੇ, ਤੇ ਉਹ ਜਿਹੜੇ ਸਾਡੇ ਨਾਲ ਲੜ ਰਹੇ ਸੀ ਤੇ ਉਹ ਜਿਹੜੇ ਜਦੋਂ ਬਾਹਰੋਂ ਆਏ ਤਾਂ ਉਹ ਕੰਧਾਂ ਉੱਪਰ ਦੀ ਟੱਪੇ ਤੇ ਉਹਨਾਂ ਨੇ ਸਾਡੇ ਗੇਟ ਦੀ ਭੰਨ ਤੋੜ ਕੀਤੀ ਤੇ ਜਦੋਂ ਉਹਨਾਂ ਨੇ ਸਾਡੇ ਨਾਲ ਬਹੁਤ ਹੀ ਗਲਤ ਸਲੂਕ ਕੀਤੇ ਤੇ ਉਹਨਾਂ ਨੇ ਜਦੋਂ ਸਾਡੇ ਨਾਲ ਗਲਤ ਸਲੂਕ ਕੀਤੇ ਉਹਨਾਂ ਨੇ ਤਾਂ ਸਾਡੇ ਮੰਮੀ ਡੈਡੀ ਸਾਨੂੰ ਛੁਡਾ ਰਹੇ ਸੀ ਤੇ ਮੇਰੇ ਚਾਚੇ ਚਾਚੀ ਸਾਨੂੰ ਛੁਡਾ ਰਹੇ ਸੀ ਤਾਂ ਉਹਨਾਂ ਨੂੰ ਵੀ ਉਹਨਾਂ ਨੇ ਬਹੁਤ ਕੁੱਟਮਾਰ ਕੀਤੀ ਉਹਨਾਂ ਦੀ ਤੇ ਬਹੁਤ ਹੀ ਝਗੜਾ ਹੋਇਆ ਉੱਥੇ ਤੇ ਉਹਨਾਂ ਨਾਲ ਵੀ ਕਿਰਪਾਨਾ ਸੀ ਤੇ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ। ਕਾਫੀ ਬੰਦੇ ਸੀਗੇ, ਉਹ ਤਾਂ ਜਨਾਲ ਦੀ ਰਹਿਣ ਵਾਲੇ ਨੇ ਜੀ, ਕੁਛ ਬਾਹਰੋਂ ਵੀ ਸੀ ਉਹਨਾਂ ਨਾਲ। ਕਿਰਪਾਨਾ ਵਗੈਰਾ ਸੀ, ਹੋਰ ਵੀ ਬਹੁਤ ਹਥਿਆਰ ਸੀ ਜੀ ਉਹਨਾਂ ਕੋਲ। ਹੁਣ ਇਹ ਮੰਗ ਕਰਦੇ ਆ ਕਿ ਸਾਡਾ ਕੋਈ ਇੱਕ ਬੰਦਾ ਤਾਂ ਬਿਆਨ ਲੈ ਜੇ, ਸਾਡਾ ਕੋਈ ਬੰਦਾ ਨੀ ਇੱਥੇ ਆ ਰਿਹਾ ਹੈਗਾ, ਪੁਲਿਸ ਵਾਲਾ ਇੱਕ ਬੰਦਾ ਵੀ ਇੱਥੇ ਆ ਕੇ ਸਾਡਾ ਕੋਈ ਬਿਆਨ ਨਹੀਂ ਲੈ ਰਹੇ ਹੈਗੇ। ਕਾਰਨ ਕੀ ਹੈ, ਕੋਈ ਪੋਲੀਟੀਕਲ ਪ੍ਰੈਸ਼ਰ ਹੈ ਜਾਂ ਕੋਈ ਉਹ ਬੰਦੇ ਦੀ ਪਾਵਰ ਹੈ ਕੋਈ ਕਿਸ ਤਰ੍ਹਾਂ? ਨਹੀਂ ਜੀ, ਉਹਨਾਂ ਨੇ ਬਸ ਆ ਕੇ ਸਾਡੇ ਤੇ ਹਮਲਾ ਹੀ ਕੀਤਾ ਗਾ। ਕੋਈ ਸਪੋਰਟ ਹੈ ਉਹਨਾਂ ਨੂੰ ਕਿਸੇ ਬੰਦੇ ਨੂੰ? ਹਾਂਜੀ। ਕੌਣ ਬੰਦੇ ਨੂੰ ਜਿਹਨਾਂ ਦੀ ਸਪੋਰਟ ਹੈ, ਕੁਛ ਪਤਾ ਤੁਹਾਨੂੰ? ਨਹੀਂ, ਉਹਨਾਂ ਦੇ ਆਪਦੇ ਰਿਸ਼ਤੇਦਾਰ ਨੇ ਜੀ, ਕੁਝ ਆਪ ਹੀ ਨੇ ਉਹ ਪਰਿਵਾਰ ਦੇ ਜੀ। ਕਾਰਨ ਤਾਂ ਜੀ ਹੋਰ ਆ ਜੀ, ਉਹ ਅੱਜ ਤਾਂ ਅੰਦਰ 9:30 ਵਜੇ
ਉਹਦਾ ਖਾਣਾ ਖੁਣਾ ਖਾ ਲੈਂਦੇ, ਲਿੱਟ ਲੱਗਦੀਆਂ ਰਹਿੰਦੀਆਂ, ਖੜਦਾ ਚਾਰ ਬੰਦੇ ਦੋ ਬੰਦੇ ਉੱਪਰ ਟੱਪੀ ਜੀ ਕੰਧਾਂ ਤੋਂ। ਬਾਕੀ ਜੋ ਨਾ ਬਾਹਰ ਖੋਲਦਾ ਸਾਡਾ ਜੀ, ਬਾਹਰ ਲੱਗਿਆ ਸੀ ਕੁੰਡਾ, ਬਾਹਰ ਖੋਲ ਕੇ 10-12 ਜਣੇ ਅੰਦਰ ਡਿੱਗ ਪਏ ਛੱਡਦਾ। ਮੇਰੀ ਬੇਟੀ ਉਹ ਕਰਨ ਲੱਗ ਗਈ, ਮੇਰੇ ਘਰ ਵਾਲੀ ਆ ਜੀ ਉਹਦੇ ਉਹ ਕਰਨ ਲੱਗ ਗਈ। ਬਾਕੀ ਸਾਨੂੰ ਦਿਖਾ ਕੇ ਰਵਾਰਾ ਜੀ, ਬਾਕੀ ਕਿਰਪਾਨਾਂ ਲੰਗੇ ਲੈ ਕੇ ਆ ਗਏ ਜੀ ਤੁਹਾਡੇ, ਹੁਣ ਡਰਾ ਲਾ ਕੇ ਸਾਡੇ ਪਰਿਵਾਰ ਸਾਰਿਆਂ ਦਾ ਬੁਰਾ ਹੱਲ ਕਰਤਾ ਜੀ। ਪੁਰਾਣੀ ਰੰਜਸ ਦਾ ਕੋਈ ਪਤਾ ਨਹੀਂ ਹੈਗਾ ਛੱਡ ਦੋ ਜੀ, ਇਹਦਾ ਸਾਨੂੰ ਵਧੀਆ ਪਤਾ ਲੱਗਿਆ ਜੀ ਬਹੁਤ ਇੱਕ ਤਰੀਕ ਵਾਲੇ ਨੇ ਜਿਹਦੇ ਆ ਕੇ ਸਾਨੂੰ ਡਿੱਗ ਪਿਆ ਕੇ। ਕਰਾਈ ਹੋਈ ਤਾਂ ਹੈਗੀ ਜੀ, ਆਏ ਨੀ ਹਾਲ ਤੇ ਪਹੁੰਚਿਆ ਨੀ ਕੋਈ ਨਾ ਕੋਈ ਵਾਰ ਕਾਰਵਾਈ ਨਹੀਂ ਹੋਈ ਜੀ। ਕਿੰਨੇ ਮੈਂਬਰ ਹੋ ਤੁਸੀਂ, ਕਿੰਨੇ ਪਰਿਵਾਰ ਦੇ ਮੈਂਬਰ? ਹਾਂ ਇੱਕ ਪਰਿਵਾਰ ਦੇ ਜੀ। ਕਿੰਨੇ ਮੈਂਬਰ? ਮੇਰੇ ਦੋ ਤਾਂ ਬੇਟੇ ਨੇ ਜੀ, ਆਹ ਇੱਕ ਮੇਰੀ ਬੇਟੀ ਆ, ਉਹ ਮੇਰੀ ਭਤੀਜੀ ਆ, ਆਹ ਮੇਰੇ ਘਰ ਵਾਲੀ ਆ, ਉਹ ਮੇਰੇ ਸਿਪਾਹੀ ਆ ਜੀ ਚਾਚ ਦਾ ਮੁੰਡਾ। ਹਾਂਜੀ ਸਰ, ਇੱਕ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਸੀ ਜਨਾਲ ਪਿੰਡ 'ਚ, ਕੀ ਮੈਟਰ ਹੈ ਜੀ, ਕੀ ਕਾਰਵਾਈ ਹੋਈ ਹੈ? ਹਾਂਜੀ, ਪਿਛਲੇ ਦਿਨੀ ਇੱਕ ਜਨਾਲ ਪਿੰਡ ਦੇ ਪਿੰਡ ਵਿੱਚ ਲੜਾਈ ਝਗੜਾ ਹੋਣ ਕਾਰਨ ਸੁਨਾਮ ਹੋਸਪਿਟਲ ਵਿੱਚ ਦਾਖਲ ਹੋਏ ਸੀ, ਜਿਨ੍ਹਾਂ ਦੇ ਅਸੀਂ ਬਿਆਨ ਲਿਖ ਕੇ ਰੈਲੀਵੈਂਟ ਸੈਕਸ਼ਨ ਦੇ ਵਿੱਚ 6 ਬੰਦਿਆਂ ਦੇ ਖਿਲਾਫ਼ FIR ਦਰਜ ਕਰ ਦਿੱਤੀ ਗਈ ਆ, ਅਤੇ ਜੋ ਮੁਕੱਦਮੇ ਦੀ ਤਫਤੀਸ਼ ਜਾਰੀ ਆ, ਜੋ ਮੁਕੱਦਮੇ ਦੇ ਵਿੱਚ ਅੱਗੇ ਤਫਤੀਸ਼ ਦੇ ਵਿੱਚ ਸਾਹਮਣੇ ਆਊਗਾ ਉਸ ਅਕੋਰਡਿੰਗ ਅਸੀਂ ਐਕਸ਼ਨ ਲਵਾਂਗੇ।